ਜਿਸ ਘਰ ਦੇ ਵਿੱਚ ਦੋ ਗੱਡੀਆਂ ਵਿੱਚ ਸਵਾਰ ਹੋ ਕੇ 10 ਦੇ ਕਰੀਬ ਨੌਜਵਾਨ ਆਉਂਦੇ ਨੇ ਅਤੇ ਘਰ ਦੇ ਵਿੱਚ ਅੰਦਰ ਦਾਖਲ ਹੋ ਕੇ, ਕਿਉਂ ਗੇਟ ਖੁੱਲ੍ਹਾ ਹੋਣ ਕਰਕੇ ਘਰ ਵਿੱਚ ਦਾਖਲ ਹੁੰਦੇ ਨੇ ਅਤੇ ਗੱਡੀਆਂ ਤੋੜੀਆਂ ਜਾਂਦੀਆਂ ਨੇ। ਗੱਡੀ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਸ਼ੀਸ਼ੇ ਤੋੜੇ ਗਏ ਨੇ ਅਤੇ ਔਰ ਗੱਡੀ ਦੇ ਉੱਪਰ ਜਿਹੜਾ ਕਿ ਬੇਸਬਾਲ ਦੇ ਨਾਲ ਸ਼ੀਸ਼ੇ ਭੰਨੇ ਗਏ ਨੇ। ਉੱਥੇ ਹੀ ਘਰ ਦੇ ਵਿੱਚ ਜਿਹੜਾ ਸਮਾਨ ਸ਼ੀਸ਼ੇ ਵਗੈਰਾ ਫਰਿੱਜ ਜਾਂ ਹੋਰ ਭੰਨ ਤੋੜ ਕੀਤੀ ਗਈ ਹੈ। ਦੱਸ ਦਈਏ ਕਿ ਇਹ ਇਸ ਘਰ ਦੇ ਵਿੱਚ ਜਿੱਥੇ ਕਿ ਨੌਜਵਾਨਾਂ ਵੱਲੋਂ ਜਿਹੜੇ ਸ਼ਰਾਰਤੀ ਅਨਸਰ ਉਹਨਾਂ ਵੱਲੋਂ ਘਰ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ ਅਤੇ ਘਰ ਦੀ ਕਾਫੀ ਭੰਨ ਤੋੜ ਕੀਤੀ ਗਈ। ਉੱਥੇ ਮਾਲਪੁਰ ਪੁਲਿਸ ਵੱਲੋਂ ਜਿੱਥੇ ਕਿ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਜਿਹੜੀ ਜੇ ਵਾਰਦਾਤ ਕੀਤੀ ਗਈ ਹੈ, ਜਿਹੜੇ ਜੇ ਘਰ ਦੇ ਮੈਂਬਰ ਹੈਗੇ ਆ, ਉਹ ਆਪਣੀ ਬੜੀ ਮੁਸ਼ਕਿਲ ਨਾਲ ਜਿਹੜਾ ਕਿ ਪਿਛਲਾ ਇੱਕ ਗੇਟ ਹੈ ਉੱਤੇ ਅੰਦਰ ਜਾ ਕੇ ਆਪਣੀ ਜਾਨ ਬਚਾਈ ਹੈ ਉਹਨਾਂ ਨੇ। ਅਤੇ ਸਾਡੇ ਨਾਲ ਕੁਛ ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਪੁੱਛ ਗੱਲਬਾਤ ਕਰਦੇ। ਸਰ, ਕੀ ਕਹੋਗੇ ਇਹ ਜਿਹੜੀ ਵਾਰਦਾਤ ਹੋਈ ਇਹਦੇ ਬਾਰੇ? ਵਾਰਦਾਤ ਬਹੁਤ ਜੀ ਘਟਨਾ ਨੂੰ ਆਪਾਂ ਨਿੰਦਣ ਜੋ ਕਹਿੰਦੇ ਹਾਂ ਜੀ। ਇਹ ਚਾਂਸ ਪਹਿਲੀ ਵਾਰ ਹੋਇਆ, ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਇਹ ਪਹਿਲੀ ਵਾਰ ਚਾਂਸ ਹੋਇਆ। ਔਰ ਇਹ ਬੰਦੇ ਇੰਨੇ ਬੀਬੇ ਆ ਜੀ, ਇਹਨਾਂ ਦੀ ਕੋਈ ਇੱਦਾਂ ਦੀ ਪਿੰਡ 'ਚ ਲੜਾ ਕਿਸੇ ਨਾਲ ਲਾਗ ਡਾਟ ਨਹੀਂ ਹੈਗੀ, ਔਰ ਜੋ ਵੀ ਹੋਇਆ ਨਜਾਇਜ਼ ਹੋਇਆ ਜੀ। ਕਿੰਨੇ ਬੰਦੇ ਸੀਗੇ ਇਹ ਜਿਹੜਾ? 10 ਬੰਦੇ ਸੀਗੇ ਜੀ, ਦੋ ਗੱਡੀਆਂ ਵਿੱਚ ਸਵਾਰ ਸੀਗੇ ਜੀ। 10 ਬੰਦੇ ਸੀ, 8 ਬੰਦੇ ਅੰਦਰ ਆਏ ਆ ਜੀ, ਅਤੇ 2 ਬੰਦੇ ਬਾਹਰ, ਗੱਡੀਆਂ ਜਿਹੜੀਆਂ ਉਹਨਾਂ ਨੂੰ ਬੰਦਿਆਂ ਨੂੰ ਉਤਾਰ ਕੇ ਥੋੜ੍ਹੀਆਂ ਅੱਗੇ ਜਾ ਕੇ ਖੜੀਆਂ ਕਰ ਲੈਂਦੇ ਜੀ। ਕੀ ਭੰਨ ਤੋੜ ਕੀਤੀ ਗਈ? ਭੰਨ ਤੋੜ ਤਾਂ ਮੰਨ ਲਓ AC ਭੰਨੇ ਆ ਜੀ, ਫਰਿੱਜ ਦਾ ਫਰਿੱਜ ਵੀ ਭੰਨੀ ਆ, ਬਾਕੀ ਵਾਸ਼ ਬੇਸ਼ਨ ਜਿੰਨੇ ਵੀ ਸ਼ੀਸ਼ੇ ਲੱਗੇ ਆ। ਤੁਹਾਡੇ ਸਾਹਮਣੇ ਗੱਡੀ ਦਾ ਕਿੰਨਾ ਨੁਕਸਾਨ ਕੀਤਾ, ਜਿੱਥੇ ਉਹ ਗਰੇਲ ਲਾ ਕੇ ਜਿੱਥੇ ਉਹ ਕੁੰਡਾ ਲਾ ਕੇ ਬਚੇ ਆ ਜੀ, ਉਹ ਜਾਲੀ ਤੱਕ ਵੀ ਸਾਰੀ ਉਹਨੇ ਮਾਰ ਮਾਰ ਗਡਾਸੇ ਪਾੜ ਛੱਡੀ ਉਹਦੀ। ਹਾਂਜੀ, ਉਹਨੂੰ ਵੀ ਭੰਨ ਕੇ, ਉਹ ਵੀ ਜਾਂਦੇ ਵਾਰ ਭੰਨ ਕੇ ਗਏ। ਹਾਂਜੀ, ਮਤਲਬ ਜਿਹੜਾ ਘਰ ਦਾ ਜਿਹੜਾ ਸਮਾਨ ਸੀਗਾ ਉਹ ਸਾਰਾ ਭੰਨ ਲਗਭਗ ਜੀ, ਮੰਨ ਲਓ 80% ਭੰਨ ਕੇ ਚੱਲ ਗਿਆ ਜੀ ਉਹ। ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿੰਦੇ ਨੇ ਕਿ ਆਹ ਇਹ ਉਹ ਗੱਡੀ ਹੈ, ਸਕੋਰਪੀਓ ਗੱਡੀ, ਇਹਦੀ ਭੰਨ ਤੋੜ ਕੀਤੀ ਗਈ ਔਰ ਸ਼ੀਸ਼ੇ ਤੋੜੇ ਗਏ ਨੇ ਅਤੇ ਬੇਸਬਾਲਾਂ ਦੇ ਨਾਲ ਹਥਿਆਰਾਂ ਦੇ ਨਾਲ ਗੱਡੀ 'ਤੇ ਹਮਲਾ ਕੀਤਾ ਗਿਆ ਹੈ। ਉੱਥੇ ਇੱਕ ਪਾਸੇ ਆਹ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ਾ ਇਹਦਾ ਸ਼ੀਸ਼ੇ ਤੋੜੇ ਗਏ ਹੈ ਅਤੇ ਅੰਦਰ ਤੱਕ ਕੱਚ ਜੁੜੇ ਹੋਏ ਨੇ, ਟੁੱਟੇ ਹੋਏ ਤੁਸੀਂ ਦੇਖ ਸਕਦੇ ਹੋ। ਔਰ ਜਿਸ ਤਰ੍ਹਾਂ ਦੇ ਨਾਲ ਇਸ ਇੱਥੇ ਘਰ ਦੇ ਉੱਪਰ ਹਮਲਾ ਕੀਤਾ ਗਿਆ, ਤਾਂ ਜਿਹੜੇ ਘਰ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਜਿਹੜੇ ਕਿ ਆਹ ਗੇਟ ਹੈ ਇਹਨੂੰ ਬੰਦ ਕਰਕੇ ਆਪਣੀ ਜਾਨ ਬਚਾਈ ਹੈ। ਉੱਥੇ ਜਿਹੜਾ ਘਰ ਵਾਲੇ ਨੇ, ਜਿਹੜੇ ਪੀੜਿਤ ਪਰਿਵਾਰ, ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ। ਔਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵੀ ਦੇਖਿਆ ਕਿ ਗੱਡੀ ਦੇ ਉੱਪਰ ਜੇ ਹਮਲਾ ਕੀਤਾ ਗਿਆ ਹੈ, ਗੱਡੀ ਦੀ ਪੂਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ। ਉੱਥੇ ਹੁਣ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੜਸ਼ੰਕਰ ਤੋਂ ਸੰਜੀਵ ਕੁਮਾਰ, ਨਿਊਜ਼ 18 ਪੰਜਾਬ। ਬਸ ਹੁਣ ਸਿੰਘ ਸਾਨੋ ਬਖਸ਼ੀਸ਼ ਸਿੰਘ, ਪਿੰਡ ਜੀਮਰਪੁਰ ਜੱਟਾਂ ਦਾ ਵਾਸੀ ਹਾਂ। ਤਾਂ ਕੁਛ ਅਣਜਾਣ ਅਣਪਛਾਣੇ ਬੰਦੇ ਘਰ ਆਏ ਆ, ਆਉਂਦਿਆਂ ਨੇ ਪਹਿਲਾਂ ਦਰਵਾਜ਼ਾ ਦੇਖਿਆ, ਦੇਖ ਕੇ ਇੱਕ ਨੇ ਦੂਜੇ ਨੂੰ ਬੰਦੇ ਨੂੰ ਇਸ਼ਾਰਾ ਕੀਤਾ, ਤਾਂ ਇੱਕਦਮ 'ਚ ਹੀ ਇਹ ਤਾਂ ਮੱਖੀਆਂ ਵੀ ਡੂੰਬਣੇ ਦੀਆਂ ਘੱਟ ਆਉਂਦੀਆਂ, ਇੱਕਦਮ 'ਚ ਆਉਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਗ ਪਏ। ਉਦੋਂ ਬਾਅਦ ਅਸੀਂ ਜਾਣੀ ਕਿ ਆਪਣੀ ਬੜੀ ਬਹੁਤ ਜ਼ੋਰ ਜਾ ਲਾ ਕੇ ਆਪਣੀ ਜਾਨ ਬਚਾਈ ਆ। ਉਸੇ ਟਾਈਮ ਅਸੀਂ ਆਪਣਾ ਗਰਿੱਲ ਲਾ ਲਈ ਆ, ਗਰਿੱਲ ਵੀ ਭੰਨ ਗਏ ਸਾਡੀ, ਅਤੇ ਉਹ ਗਰਿੱਲ ਲਾਉਣ ਕਰਕੇ ਅੰਦਰਲੇ ਕਮਰੇ ਦੇ ਗਰਿੱਲ ਲਾਉਣ ਕਰਕੇ ਸਾਡੀ ਜਾਨ ਬਚ ਗਈ, ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਸਾ। ਗੱਡੀ ਦਾ ਸਾਡਾ ਨੁਕਸਾਨ ਕਰ ਗਏ, ਅੰਦਰ ਫਰਿੱਜ ਵੀ ਭੰਨ ਗਏ ਆ, ਅਤੇ ਇੱਧਰ AC ਵਾਲੇ ਕਮਰਾ AC ਵੀ ਭੰਨ ਦਿੱਤਾ ਆ, ਨਾਲ ਕਮਰਾ ਇੱਕ ਸ਼ੀਸ਼ਾ ਲਾਇਆ ਸਾ ਉਹ ਵੀ ਭੰਨ ਗਿਆ, ਅੰਦਰ ਡਰੈਸਿੰਗ ਟੇਬਲ ਦਾ ਸ਼ੀਸ਼ਾ ਸਾ ਅਤੇ ਫਰਿੱਜ ਵੀ ਰਹਿੰਦ ਖੁੰਹਦੇ। ਇੱਦਾਂ ਦੀ ਨਿਕੰਮੀ ਜਾਤ, ਇੰਨੀ ਨਸਲ ਆ ਜਾਂਦੇ ਹੋਏ, ਇੱਕ ਰਿਸੀਵਰ ਜਿਹਾ ਰੱਖਿਆ ਸੀਗਾ ਉਹ ਵੀ ਲੱਗ ਚੁੱਕ ਲੈ ਗਿਆ, CCTV ਕੈਮਰਾ CCTV ਕੈਮਰਾ ਵੀ ਭੰਨ ਗਏ ਆ। ਅਸੀਂ ਬਥੇਰਾ ਕਿਹਾ ਵੀ ਕੀ ਗੱਲ, ਸਾਡੇ ਨਾਲ ਗੱਲ ਕਰੋ, ਬਸ ਗਾਲਾਂ ਕੱਢੀ ਗਏ। 8-10 ਬੰਦੇ ਸੀਗੇ, CCTV ਕੈਮਰਾ ਵੀ ਭੰਨ ਗਿਆ, ਫੋਟੋ ਕਿਸੇ ਸਾਡੇ ਕੋਲ ਹੈਗੀਆਂ, ਅਸੀਂ
ਪੁਲਿਸ ਨੂੰ ਦੇ ਦਿੱਤੀਆਂ, ਅੱਗੇ ਜੋ ਕਾਰਵਾਈ ਕਰੋਗੇ ਉਹ ਆਪੇ ਕਰਨੀ। ਔਰ ਸਾਡੇ ਘਰ ਦੇ ਵਿੱਚ 3 ਵਜੇ ਤੋਂ ਪਹਿਲਾਂ ਹੀ ਆਏ ਆ, ਦਰਵਾਜ਼ਾ ਖੁੱਲ੍ਹਾ ਸੀਗਾ, ਆ ਕੇ ਸਾਰਾ ਕੁਛ ਭੰਨਣ ਲੱਗ ਪਏ। ਅਸੀਂ ਰੌਲਾ ਪਾਉਂਦੇ ਵੀ ਕੀ ਹੋ ਗਿਆ, ਕਾਹਤੇ ਭੰਨਦੇ, ਗਾਲਾਂ ਕੱਢੀ ਗਏ, ਬਸ ਕੁਛ ਨਹੀਂ ਹੋਣੀ। ਹੋਰ ਕੀ, ਅਸੀਂ ਤਾਂ ਆਪਣੀ ਜਾਨ ਮਸੀ ਬਚਾਈ ਆ, ਕੁੰਡਾ ਲਾ ਕੇ ਗ੍ਰਿਲ ਬੰਦ ਕੀਤੀ, ਸਾਰਾ ਕੁਛ ਸਾਡਾ ਅੰਦਰ ਬਾਹਰ ਸਾਰਾ ਕੁਛ ਭੰਨ ਗਿਆ। ਦੋ ਗੱਡੀਆਂ 'ਚ ਆਏ ਆ, ਬੈਸਵਾੜ ਸੀ ਸੀਗੇ, ਪਤਾ ਨਹੀਂ ਹੋਰ ਕੀ ਚਿੱਖੀਆਂ ਚੀਜ਼ਾਂ ਹੋ ਗਈਆਂ। ਗੱਡੀ ਸਾਰੀ ਭੰਨੀ, ਵੱਡੀ ਆ, ਗੱਲਾਂ ਸ਼ੀਸ਼ੇ ਸਾਰੇ ਤੱਕੀਆਂ ਸਭ ਭੰਨ ਦਿੱਤੀਆਂ। ਕਿਤੇ ਤਕਰੀਬਨ ਬੰਦੇ ਕਿੰਨੇ ਸੀਗੇ? 8 ਜਣੇ ਅੰਦਰ ਨੂੰ ਆਏ, 2 ਗੱਡੀਆਂ 'ਚ ਸੀਗੇ। ਅੱਜ ਸੋਹਣ ਸਿੰਘ ਸਾਨੂੰ ਬਖਸ਼ੀਸ਼ ਸਿੰਘ ਜੀਵਨਪੁਰ ਜੱਟਾਂ ਦੇ ਘਰ ਕਹਿੰਦੇ ਵੀ ਇਨਫੋਰਮੇਸ਼ਨ ਮਿਲੀ ਵੀ ਬੰਦੇ ਆਏ ਅਤੇ ਤੋੜਭੰਨ ਕੀਤੀ ਆ। ਮੌਕੇ 'ਤੇ ਆਏ ਹਾਂ, CCTV ਕੈਮਰੇ ਚੈੱਕ ਕਰਦੇ ਪਏ ਹਾਂ, ਅਤੇ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਿਆ ਕੌਣ ਬੰਦੇ ਸੀ ਕੌਣ ਨਹੀਂ ਸੀ। ਗੱਡੀ ਵਗੈਰਾ ਤੋੜੀ, ਐਕਟਿਵਾ ਤੱਕ ਤੋੜਤੀ ਹੈ ਉਹਨਾਂ ਨੇ, ਇੱਕ ਫ੍ਰਿਜ ਤੋੜਤੀ ਹੈ। ਨਹੀਂ, ਹਾਲੇ ਤੱਕ ਕੈਮਰੇ ਦੇਖਦੇ ਪਏ, ਚੈੱਕ ਕਰਦੇ ਪਏ ਹਾਂ, ਜੋ ਵੀ ਪਤਾ ਲੱਗੂ ਪੰਜ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ।